ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਖਬਰਾਂ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰਾਂ ਜੀ ਇੱਕ ਤੇ ਅਲਬਰਟਾ ਦੇ ਜਿਹੜੇ ਜੀ ਨਾਰਦਰਨ ਹੈ ਨੇ ਫਰਸਟ ਨੇਸ਼ਨਸ ਦੇ ਗ੍ਰੈਂਡ ਚੀਫ ਉਹਨਾਂ ਵੱਲੋਂ ਸੂਬਾ ਸਰਕਾਰ ਨੂੰ ਕਿਹਾ ਗਿਆ ਹੈ ਕਿ ਤੁਸੀਂ ਜਿਹੜਾ ਇੱਕ ਬਿੱਲ ਪਿਛਲੇ ਸਾਲ ਪਾਸ ਕੀਤਾ ਸੀਗਾ ਉਹਨੂੰ ਇੱਕਦਮ ਰੱਦ ਕੀਤਾ ਜਾਵੇ ਕਿਉਂਕਿ ਉਹ ਜਿਹੜਾ ਬਿੱਲ ਆ ਉਹ ਮਈ ਪਹਿਲੀ ਤੋਂ ਕਾਨੂੰਨ ਬਣ ਜਾਣਾ ਸੋ ਉਹਦੇ ਤੇ ਉਹਨਾਂ ਕਿਹਾ ਕਿ ਉਹ ਕਾਨੂੰਨ ਬਣਨ ਤੋਂ ਪਹਿਲਾਂ ਪਹਿਲਾਂ ਉਸ ਬਿੱਲ ਨੂੰ ਵਾਪਸ ਲਿਆ ਜਾਵੇ ਉਹਦਾ ਕਾਰਨ ਇਹ ਹੈ ਜੀ ਉਹ ਕਹਿੰਦੇ ਵੀ ਜਿਹੜੇ ਸਾਡੇ ਲੋਕ ਨਿਰਭਾਹ ਕਰਦੇ ਨੇ ਜੰਗਲਾਂ ਤੇ ਔਰ ਉਥੇ ਜੋ ਜੀਵ ਜੰਤੂ ਰਹਿੰਦੇ ਆ ਉਹ ਸਾਡੇ ਰਹਿਣ ਸਹਿਣ ਲਈ ਬਹੁਤ ਜ਼ਰੂਰੀ ਹੈ ਜਿਹੜਾ ਸਾਡਾ ਵੇ ਆਫ ਲਾਈਫ ਹੈਗਾ ਕਿਉਂਕਿ ਸੂਬੇ ਨੇ ਸਾਡੇ ਨਾਲ ਉਹ ਕਹਿੰਦੇ ਕੋਈ ਕੰਸਲਟੇਸ਼ਨਸ ਨਹੀਂ ਕੀਤੀਆਂ ਔਰ ਇਹ ਜਿਹੜਾ ਬਿੱਲ ਪਾਸ ਕੀਤਾ ਗਿਆ ਉਧਰੋਂ ਤਾਂ ਕੋਵਿਡ 19 ਵਾਲੀ ਗੱਲਬਾਤ ਚੱਲ ਰਹੀ ਸੀਗੀ ਔਰ ਦੂਸਰੇ ਪਾਸੇ ਸਰਕਾਰ ਨੇ ਬੜੀ ਤੇਜ਼ੀ ਦੇ ਨਾਲ ਇਹ ਬਿੱਲ ਪਾਸ ਕਰ ਦਿੱਤਾ ਸੋ ਉਹ ਕਹਿੰਦੇ ਸਾਡੇ ਨਾਲ ਕੋਈ ਕੰਸਲਟੇਸ਼ਨ ਨਹੀਂ ਕੀਤੀ ਗਈ ਔਰ ਇਹ ਬਿੱਲ ਜਿਹੜਾ ਉਹ ਪਾਸ ਕੀਤਾ ਹੋਇਆ ਉਹ ਕਹਿੰਦੇ ਕਾਨੂੰਨ ਬਣਨ ਤੋਂ ਪਹਿਲਾਂ ਪਹਿਲਾਂ ਇਹਨੂੰ ਵਾਪਸ ਲੈ ਲੈਣਾ ਚਾਹੀਦਾ ਉਹਨਾਂ ਇੱਕ ਬੜੀ ਇੰਟਰਸਟਿੰਗ ਗੱਲ ਦੱਸੀ ਕਹਿੰਦੇ ਜੀ ਕਿ ਸਾਡੇ ਲੋਕ ਭਾਵੇਂ 18000 ਡਾਲਰ ਹੀ ਸਾਲ ਦਾ ਬਣਾਉਂਦੇ ਨੇ ਪਰ ਉਹ ਉਹਦੇ ਵਿੱਚ ਹੀ ਉੱਥੇ ਬਹੁਤ ਵਧੀਆ ਆਪਣਾ ਜੀਵਨ ਜਿਹੜਾ ਬਤੀਤ ਕਰਦੇ ਨੇ ਕਿਉਂਕਿ ਉਹ ਕਹਿੰਦੇ ਸਾਡਾ ਫੂਡ ਸਾਡੀਆਂ ਮੈਡੀਸਿਨਸ ਜੋ ਕੁਝ ਵੀ ਆ ਉਹ ਸਾਨੂੰ ਉਥੋਂ ਨੇਚਰ ਤੋਂ ਮਿਲਦਾ ਹੈ ਤੇ ਇਸ ਕਰਕੇ ਉਹ ਜਿਹੜੇ ਦਰਖਤ ਵਧਣ ਦੀ ਗੱਲਬਾਤ ਸਰਕਾਰ ਵੱਲੋਂ ਕੀਤੀ ਗਈ ਹੈ ਕਿਉਂਕਿ ਉਹਨਾਂ ਨੇ ਜੀ ਸਰਕਾਰ ਨੇ ਇਸ ਨਵੇਂ ਕਾਨੂੰਨ ਦੇ ਮੁਤਾਬਕ ਜਿਹੜੀ ਉਹਨਾਂ ਦੀ ਕਟਾਈ ਹੈਗੀ ਆ ਦਰਖਤਾਂ ਦੀ ਉਹਦੀ ਕੁਆਂਟੀਟੀ ਵਧਾ ਦਿੱਤੀ ਆ ਪਰਸੈਂਟੇਜ ਜਿਹੜੀ ਆ ਵਧਾਈ ਆ ਇੱਕ ਸਾਲ ਵਿੱਚ ਥੋੜੇ ਜਿਹਾ ਨੰਬਰ ਵਧਾਏ ਨੇ ਫਿਰ ਉਦੋਂ ਅਗਲੇ ਸਾਲ 20% ਹੋਰ ਵਧਾਈ ਜਾਣੀ ਆ ਪਹਿਲੀ ਵਾਰੀ 13% ਆ ਫਿਰ 20% ਵਧਾਇਆ ਜਾਣਾ ਸੋ ਇਸ ਕਰਕੇ ਉਹ ਜਿਹੜੇ ਗ੍ਰੈਂਡ ਚੀਫ ਨੇ ਜੀ ਉਹ ਕਹਿੰਦੇ ਭਈ ਸਾਡੇ ਲੋਕਾਂ ਦੇ ਰਹਿਣ ਸਹਿਣ ਤੇ ਇਹਨਾਂ ਚੀਜ਼ਾਂ ਦਾ ਅਸਰ ਪਏਗਾ ਉਸ ਤੋਂ ਪਹਿਲਾਂ ਹੀ ਤੁਸੀਂ ਇਹ ਜਿਹੜਾ ਕਾਨੂੰਨ ਆ ਇਹਨੂੰ ਵਾਪਸ ਲੈ ਲਓ ਹੁਣ ਗੱਲ ਹੈ ਜੀ ਭਈ ਸਰਕਾਰ ਦੇ ਜਿਹੜੇ ਮਨਿਸਟਰ ਨੇ ਉਹਨਾਂ ਦਾ ਕਹਿਣਾ ਹੈਗਾ ਭਈ ਦੇਖੋ ਜੀ ਅਸੀਂ ਕੰਸਲਟੇਸ਼ਨਸ ਕੀਤੀਆਂ ਨੇ ਔਰ ਅਸੀਂ ਕੰਸਲਟੇਸ਼ਨ ਕਰਨ ਤੋਂ ਬਾਅਦ ਹੀ ਇਹ ਜਿਹੜਾ ਫੈਸਲਾ ਲਿਆ ਹੈ ਔਰ ਉਸ ਕਾਨਸਲਟੇਸ਼ਨ ਦੇ ਵਿੱਚ ਉਹ ਕਹਿੰਦੇ ਕੁਝ ਇੱਕ ਗਰੁੱਪ ਜਿਹੜੇ ਆ ਇਨਡੀਜਨਸ ਲੋਕਾਂ ਦੇ ਵੀ ਸਿਗੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਅ ਪਰ ਹੁਣ ਜਿਹੜੇ ਜੀ ਇਹ ਨਾਰਦਰਨ ਹੈ ਨੇ ਟ੍ਰੀਟੀ ਵਾਲੇ ਲੋਕ ਇਹਨਾਂ ਦਾ ਜਿਹੜਾ ਏਰੀਆ ਆ ਉਹ ਬਹੁਤ ਵੱਡਾ ਹੈ 8 ਲੱਖ 40 ਹਜ਼ਾਰ ਸਕੁਅਰ ਕਿਲੋਮੀਟਰ ਦਾ ਏਰੀਆ ਇਹ ਫਰਾਂਸ ਦੇ ਏਰੀਏ ਨਾਲੋਂ ਵੀ ਵੱਡਾ ਹੈਗਾ ਜਿਹਦੇ ਤੇ ਇਹ ਅਸਰ ਕਰਦਾ ਔਰ ਇਹ ਐਕਸਟੈਂਡ ਕਰਦਾ ਅਲਬਰਟਾ BC ਸਸਕਾਚੂਵਾਨ ਤੇ ਨਾਰਥ-ਵੈਸਟ ਟੈਰੀਟਰੀਜ਼ ਨੂੰ ਸੋ ਇੰਨੀਆਂ ਥਾਵਾਂ ਦੇ ਵਿੱਚ ਉਹ ਉਹਨਾਂ ਦਾ ਹੈ ਔਰ 40000 ਦੇ ਕਰੀਬ ਉਹਨਾਂ ਦੇ ਹੈ ਜਿਹੜੇ ਮੈਂਬਰ ਨੇ ਇਹਨਾਂ ਇਸ ਗਰੁੱਪ ਦੇ ਸੋ ਉਹਨਾਂ ਨੇ ਸਰਕਾਰ ਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਤੁਸੀਂ ਇਹ ਜਿਹੜਾ ਬਿੱਲ ਆ ਕਾਨੂੰਨ ਬਣਨ ਤੋਂ ਪਹਿਲਾਂ ਹੀ ਵਾਪਸ ਲੈ ਲਓ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ